ਇਸ ਲਈ ਮੈਂ ਗ੍ਰਾਂ ਦੋਲੀਆਂ ਜੱਟਾਂ ਦੇ ਵਿੱਚ ਖਲੋਤੇ ਦਾ ਹੈ। ਸੀਮਾਵਰਤੀ ਖੇਤਰ ਹੈ ਔਰ ਵਾਰਡ ਨੰਬਰ ਸੱਤ ਹੈ। ਪੀਣੇ ਦੇ ਪਾਣੀ ਦੀ ਸਮੱਸਿਆ ਕੀ ਲਈ ਹਾਹਾਕਾਰ ਮਚਦਾ। ਗੌਰਮੈਂਟ ਆਖਦੀ ਹੈ ਹਰ ਘਰ ਨਲ ਤੇ ਹਰ ਘਰ ਜਲ, ਲੇਕਿਨ ਇਹਨੇ ਕੀ ਨਾ ਨਲ ਥੋਇਆ, ਮੈਨੂੰ ਨਲ ਤਾਂ ਥੋਈ ਇਹਦਾ ਪਰ ਲੇਕਿਨ ਉਹਦੇ ਜਲ ਨਹੀਂ ਆਵਾਦਾ ਹੈ ਤੇ ਕਾਫੀ ਪਰੇਸ਼ਾਨ ਹੈ। ਬੜੇ ਪਰੇਸ਼ਾਨ ਹੋਈ ਮੈਂ ਸਵੇਰੇ ਦਾ ਕਿ ਕੁਤੇ ਕੰਮ 'ਚ ਬਿਜ਼ੀ ਹਾਂ ਔਰ ਬਿਜ਼ੀ ਹੋਣ ਦੇ ਵਿੱਚ ਮੈਂ ਕੋਈ ਮੰਤਰੀ ਆ ਰਹੇ ਉੱਥੇ ਬਿਜ਼ੀ ਹਾਂ ਔਰ ਸਵੇਰੇ ਦੇ ਕੇ ਮੈਨੂੰ ਫੋਨ ਕਰਾ ਕਰਦੇ ਸੀ ਕਿ ਬਈ ਸਾਡੀ ਖਬਰ ਵੀ ਤਾਂ ਦੱਸੋ, ਅਸੀਂ ਕੋਈ ਗੁਨਾਹ ਨਹੀਂ ਕੀਤਾ ਹੈ, ਪਾਣੀ ਪੀਣਾ ਹੈ ਲੇਕਿਨ ਪਾਣੀ ਨਹੀਂ ਥੋਆ ਕਰਦਾ। ਅੱਜ 8-9 ਮਹੀਨੇ ਹੋਈ ਨੇ, ਸ਼ਾਇਦ ਕੋਈ ਬਲਾਕੇਜ ਹੋਈ ਇਹਦੀ ਪਾਈਪ 'ਚ ਜਾਂ ਫਿਰ ਇਹ ਚੜਾ ਦਾ ਕਹਿਣੀ ਹੈ। ਇਹ ਹੁਣ ਵਿਭਾਗ ਦੇ ਮੁਲਾਜ਼ਮੇ ਕੀ ਫੋਨ ਕਰੀ ਥੱਕੀਏ ਨੇ, ਉਹਦੇ ਕੋਲ ਜਾਈ ਥੱਕੀਏ ਨੇ, ਅੱਜ ਰਹੀ ਰਾਹੀ ਇਹਨੇ ਕਿ ਜਿਹੜਾ ਹੈ ਉਹ ਪ੍ਰਦਰਸ਼ਨ ਕਰਨਾ ਪਵਾ ਕਰਦਾ। ਸਾਡੇ ਕਿੰਨੇ ਲੋਕ ਨੇ ਇਹਦੀ ਕੇ ਜਵਾਨੀ ਸੁਣਨੀ ਆ ਕਿ ਕਿਆ ਪਰੇਸ਼ਾਨੀ ਆਵਾ ਦੀ, ਕਦੋਂ ਦੀ ਪਰੇਸ਼ਾਨੀ ਆਵਾ ਦੀ ਅਤੇ ਕੀ ਗਲਾਉਣਾ ਚਾਹੁੰਦੇ ਆ। ਹਾਂਜੀ, ਕੀ ਨਾਂ ਤੁਹਾਡਾ? ਰਜੇਸ਼ ਕੁਮਾਰ। ਅਜੇ ਜੀ, ਕੀ ਗੱਲ ਹੈ, ਕੀ ਸਮੱਸਿਆ? ਗੱਲ ਇਹ ਹੈ ਜੀ, ਮਸਲਾ ਇੱਥੇ ਲੱਗ ਰਿਹਾ ਓਵਰਫਲੋ ਨਲਕਾ ਲੱਗਦਾ ਸਾਡਾ ਔਰ ਥੱਲੇ ਪਾਣੀ ਠੀਕ ਠਾਕ ਆਦਾ, ਇਹ ਜਿਲ੍ਹਾ 2-4 ਨਲਕੇ ਲੱਗੇ ਨੇ, ਉਹਦੀ ਬਲਾਕੇਜ ਹੋਣੇ ਕਾਰਨ ਉੱਪਰ ਸਾਰਾ ਸਪਲਾਈ ਠੱਪ ਹੋਈ ਹੈ ਔਰ ਪ੍ਰਸ਼ਾਸਨ ਇਹ ਹੈ, ਤਰਲੇ ਬੜੇ ਕੀਤੇ, ਬੜੀ ਮਿੰਨਤਾਂ ਕੀਤੀਆਂ, ਜਨਾਬ ਆਓ, ਜਨਾਨੀਆਂ ਵਿਚਾਰੀਆਂ ਪ੍ਰੈਗਨੈਂਟ ਦੂਆ ਤਰੀਆ ਜਿਹੜੀ ਵੀ ਹੈ ਜਾਂਦੀਆਂ ਪਾਣੀ ਸਾਣੀ ਲੈਣ ਅਤੇ ਸ਼ਾਮੀ ਦੇਖਣੇ ਅਸ ਸਾਨੂੰ ਥੋੜ੍ਹਾ ਮੰਦਾ ਲੱਗਦਾ ਔਰ ਪ੍ਰਸ਼ਾਸਨ ਵੀ ਕੋਈ ਵੀ ਅਸਰ ਨਹੀਂ ਹੁੰਦਾ ਅਤੇ ਇਸ ਕਰੀ ਲਿਹਾਜ਼ਾ ਇਹਨੇ ਥੋੜ੍ਹਾ। ਕਦੋਂ ਦੀ ਸਮੱਸਿਆ ਆ ਜੀ? ਇਹ ਕੋਈ 9 ਮਹੀਨੇ ਹੋਈ ਆ। ਅਤੇ ਕੋਈ ਨਹੀਂ ਆਉਂਦਾ? ਕੋਈ ਨਹੀਂ ਆਉਂਦਾ, ਇੱਕ ਬੰਦਾ ਡੇਲੀ ਵਿੱਚ ਲਾਇਦਾ, ਇੱਕ ਉਹਦਾ ਨਾਂ ਜੈ ਸਿੰਘ ਪਤਾ ਕੀ ਹੈ, ਉਹਦਾ ਫੋਨ ਟੁੱਟੀ, ਇਹਦਾ ਪ੍ਰਸ਼ਾਸਨ ਇਹ ਆਖਦਾ ਕਿ ਇਹਦਾ ਫੋਨ ਟੁੱਟੇ ਦਾ ਸਾਡਾ ਆਉਂਦਾ ਸੰਪਰਕ ਕੋਈ ਨਹੀਂ ਹੋਗਾ, ਡਿਊਟੀ ਵੀ ਨਹੀਂ ਆਉਂਦਾ ਕਿ ਨਾ, ਕੋਈ ਡਿਊਟੀ ਨਹੀਂ ਆਉਂਦਾ ਔਰ ਇੰਨੀ ਨਕਲ ਏਜੰਸੀ ਹੈ ਇਸ ਸਰਕਾਰ ਦੀ, ਇਸ ਲੋਕੇ ਦੀ ਕਿ ਜਿਹੜੇ ਇੱਥੇ ਮਹਿਕਮੇ ਦੇ ਦੌਰਾਨ ਲੱਗੇ ਦੇ ਨੇ ਔਰ ਮਤਲਬ ਕਿ ਕੋਈ ਆਖੋ ਵੀ ਕੋਈ ਮਤਲਬ ਕੋਈ ਸੁਣਾਈ ਹੈ ਲੋਕੇ ਤੇ ਨਹੀਂ ਹੈ, ਨਹੀਂ ਹੈ। ਅੰਕਲ ਕੀ ਨਾਂ ਤੁਹਾਡਾ? ਮੇਰਾ ਨਾਂ ਸੰਸਾਰ ਚੰਦ ਜੀ। ਤੁਸੀਂ ਵੀ ਇੱਥੋਂ ਰਹਿਣ ਵਾਲੇ ਹੋ? ਜੀ, ਇੱਥੋਂ ਰਹਿਣ ਵਾਲੇ ਜੀ, ਲਾਸਟ ਘਰ ਮੇਰਾ ਹੈ ਜੀ। ਤੁਸੀਂ ਬੜੇ ਬਜ਼ੁਰਗ ਹੋ ਤੇ ਪਾਣੀ ਲੈਣ ਤੁਹਾਨੂੰ ਵੀ ਜਾਣੇ ਪਉਂਦਾ? ਜੀ, ਜਾਣਾ ਪਉਂਦਾ ਬਾਲਟੀ ਲਈ ਹੈ, ਕੀ ਕਰਾਂ, ਮੇਰਾ ਪਾਣੀ ਉਹ 3 ਸਾਲ ਦਾ ਬੰਦ ਹੋਵੇ, ਮੈਂ ਗੁਆਂਢੀ ਹੁੰਦਾ, ਗੁਆਂਢੀ ਦਾ ਬੰਦ ਹੋ ਗਿਆ ਸਾਲ ਡੇਢ। ਪੈਸੇ ਦਿੰਦੇ ਹੋ? ਹਾਂਜੀ। ਕਿਰਾਇਆ ਦਿੰਦੇ ਹੋ ਪਾਣੀ ਵਾਲੇ ਕੀ? ਕਿਰਾਇਆ ਕੋਈ ਕੁਛ ਨਹੀਂ ਹੈ, ਕਿਰਾਇਆ ਕੁਰਾ ਕੁਛ ਨਹੀਂ, ਪਬਲਿਕ ਪੁਆਇੰਟ ਹੈ, ਪਬਲਿਕ ਘਰ ਆਉਂਦਾ ਉਹ ਵੀ ਨਹੀਂ ਆਉਂਦਾ, ਨਹੀਂ ਆਉਂਦਾ ਕਿਸੇ ਨੇ ਪਾਣੀ ਨਹੀਂ ਹੈ ਜੀ, ਮਤਲਬ ਪਾਣੀ ਮੇਰੇ ਘਰ ਗਿਆ, ਪੂਰੀ ਬਲਾਕ ਹੀ ਖਾਲੀ ਹੋ ਗਿਆ, ਜੇ ਪਾਣੀ ਆਉਂਦਾ ਕਿਤੇ ਨਹੀਂ, ਪੰਪ ਤੇ ਜਾਂਦੇ ਲੈਣ ਵਾਸਤੇ ਦੂਰ ਇੱਥੋਂ, ਹਾਂ ਪੰਪ ਜਿਹੜਾ ਲੱਗਿਆ ਪਾਣੀ ਮੋੜ ਤੇ ਇੱਥੋਂ ਲੈਂਦੇ ਪਾਣੀ ਜੀ। ਬੜੀ ਪਰੇਸ਼ਾਨੀ ਹੋ ਰਹੀ? ਡੇਲੀ ਪਰੇਸ਼ਾਨੀ ਹੋ ਰਹੀ ਜੀ, ਇੰਨੀ ਗਰਮੀਆਂ ਪਈਆਂ ਨੇ, ਤਿੰਨ ਚਾਰ ਦਫ਼ਾ ਦਿਨ ਦਾ ਜਾਣਾ ਪੈਂਦਾ ਪਾਣੀ ਲੈਣ ਵਾਸਤੇ, ਜਦੋਂ ਪਾਣੀ ਖਤਮ ਹੋਈ ਆ, ਕਿਉਂ ਉਦੋਂ ਠੰਡਾ ਪਾਣੀ ਚਾਹੀਦਾ ਪੀਣਾ, ਤੇ ਪਾਣੀ ਠੰਡਾ ਨਹੀਂ ਤਾਂ ਤੱਤਾ ਵੀ ਨਹੀਂ ਮਿਲਣ ਡਿਆ ਇੱਥੇ, ਠੀਕ ਆ, ਮੇਰਾ 3 ਸਾਲ ਦਾ ਨਲਕਾ ਸੁੱਕਾ ਪਿਆ, ਆਦ ਨਾ ਆਈ ਆ ਪਾਣੀ, ਬਸ ਵੀ ਇਹ ਲੱਗ ਗਈ ਪਿਆ, ਆਇਆ ਥੋੜ੍ਹਾ ਪਾਣੀ, ਆਇਆ ਥੋੜ੍ਹਾ ਪਾਣੀ, ਪਾਣੀ ਸਾਡਾ ਕਦੋਂ ਆਉਣਾ, ਜਦੋਂ ਅਸੀਂ ਟੋੜ ਜਾਵਾਂਗੇ, ਵਾਧਾ ਸਰਕਾਰ ਬੜੇ ਕਰਦੀ ਆ ਮਹਾਰਾਜ, ਘਰ ਘਰ ਟੂਟੀਆਂ ਲਾਈਆਂ, ਘਰ ਘਰ ਪਾਣੀ ਲਾਇਆ, ਕੀ ਕੀਤਾ, ਸਾਨੂੰ ਤਾਂ ਕੋਈ ਲੱਭਾ ਨਹੀਂ ਰਿਹਾ, 3 ਸਾਲ ਦਾ ਸੁੱਕਾ ਪਿਆ ਨਲਕਾ, ਦੇਖੋ ਨਲਕਾ ਦੇਖ ਤੁਸੀਂ ਜਾ, ਦੇਖੋ ਦੇਖੋ ਜਾ ਕੇ ਤੁਹਾਨੂੰ ਰੇਤਾ ਲਾਇਆ ਪਿਆ, ਜਿਹਨੇ ਪਾਣੀ ਦਾ ਮੈਂ ਕਰਾਂ, ਮੈਂ ਤਾਂ ਪੰਜ ਸਮਾਨ ਲਾਉਣਾ ਉੱਥੇ, ਪਾਣੀ ਨਹੀਂ ਆ, ਪਾਣੀ ਨਹੀਂ ਹੈ। ਹਾਂਜੀ ਆਂਟੀ, ਕੀ ਨਾਂ ਤੁਹਾਡਾ? ਮੇਰਾ ਨਾਂ ਕ੍ਰਿਸ਼ਨਾ ਜੀ। ਆਂਟੀ ਕੀ ਗੱਲ ਹੈ, ਕਦੋਂ ਦਾ ਪਾਣੀ ਹੈ, ਕੀ ਕੀ ਸਮੱਸਿਆ ਆ ਰਹੀ ਹੈ, ਪਾਣੀ ਨਹੀਂ ਹੋਣੇ? ਸਾਡੇ ਦਾ 3 ਸਾਲ ਹੋਇਆ ਪਾਣੀ ਬੰਦ ਹੋਇਆ। ਅੱਛਾ, ਸਾਡੇ ਲਾਸਟ ਕਾਲ ਹਾਲੇ 3 ਸਾਲ ਹੋਈ ਆ ਪਾਣੀ ਬੰਦ ਹੋਇਆ, ਅਸੀਂ ਕੁਦਰ ਟੁੱਟੀ ਦਾ ਪਾਣੀ ਭਰ ਕੇ ਪੀਂਦੇ ਹੈ ਤੇ ਹੁਣੇ ਵੀ ਬੰਦ ਹੋ ਗਿਆ, 9 ਮਹੀਨੇ ਵੀ ਬੰਦ ਹੋਇਆ, ਕੋਈ ਸਮੱਸਿਆ ਨਹੀਂ, ਸਾਨੂੰ ਅੱਖੀ ਲੱਭਦਾ ਨਹੀਂ ਤੇ ਪਾਣੀ ਲੈਣ 1.5 ਮੀਲ ਪਾਣੀ ਲੈਣ ਜਾਂਦੇ ਆ, ਘਰ ਪਲਾਉਣਾ ਬੈਠੇ ਦਾ ਤੇ ਪਾਣੀ ਦਿਓ ਠੰਡਾ, ਡੱਬੇ 'ਚ ਪਾਣੀ ਹੈ ਨਹੀਂ, ਜਾਓ ਜੀ ਪਾਣੀ ਲੈਣ।
ਪਾਣੀ ਧੋਣਾ ਚਾਹੀਦਾ ਘਰ ਵਿਚ, ਹੋਰ ਨੀ ਕੁਛ ਤਾਂ ਪਾਣੀ ਧੋਣਾ ਚਾਹੀਦਾ ਘਰ ਵਿਚ। ਕੀ ਨਾਮ ਤੁਹਾਡਾ? ਰਮਤਾ ਦੇਵੀ। ਰਮਤਾ ਜੀ, ਕਿੰਨੀ ਦੂਰ ਪਾਣੀ ਨਾਲ ਜਾਣਾ ਪੈਂਦਾ? ਕਾਫੀ ਦੂਰ ਜਾਣਾ ਪੈਂਦਾ। ਸੜਕ ਪਰ ਚਲਣਾ ਵੀ ਮੁਸ਼ਕਿਲ ਹੈ, ਬੜੀਆਂ ਗੱਡੀਆਂ 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 ਵਿਚ ਬਥੇਰਾ ਮੁਸ਼ਕਿਲ ਹੁੰਦੀ ਹੈ, ਗੱਡੀਆਂ ਆਰ ਪਾਰ ਕਰਨਾ ਪੈਂਦਾ ਰੋਡ ਦਾ। ਤੁਸੀਂ ਦੇਖਿਆ ਕਰਦੇ ਹੈ ਕਿ ਕਾਫੀ ਪਰੇਸ਼ਾਨੀ ਜਿਹੜੇ ਨੇ ਸਿਆਣੇ ਬਜ਼ੁਰਗ, ਇੱਥੋਂ ਦੇ ਲੋਕ, ਇੱਥੋਂ ਦੀ ਮਹਿਲਾਵਾਂ ਸੁਣਾ ਕਰਦੀਆਂ, ਆਪਣਾ ਦੁਖੜਾ ਰਵਾ ਕਰਦੀਆਂ ਨੇ। ਲੇਕਿਨ ਕਿਆ ਇਹ ਦੁਖੜਾ ਜਿਹੜਾ ਹੈ ਇਹ ਉਸ ਜਲ ਸ਼ਕਤੀ ਵਿਭਾਗ ਤੱਕ ਪੁੱਜਗਾ? ਕਿਆ ਉਹ ਜਲ ਸ਼ਕਤੀ ਵਿਭਾਗ ਅੱਜ ਇਹਨੇ ਲੋਕਾਂ ਦਾ ਜਿਹੜੀ ਸਮੱਸਿਆ ਦੇਖੀ ਹੈ, ਕਿਆ ਇੱਥੇ ਪੁੱਜਗ? ਕਿਆ ਇਹਨੇ ਕੀ ਪਾਣੀ ਉਪਲਬਧ ਕਰਾਗ? ਕਿਆ ਇੱਥੇ ਪਾਣੀ ਆਗ? ਜਾਂ ਇਹਨਾਂ ਕਹਿ ਇਹਨੇ ਕਿ ਸੜਕਾਂ ਪਰ ਜਿਹੜਾ ਦੂਰ ਦੂਰ ਪਾਣੀ ਲੈਣ ਜਾਣੇ ਪੁਣ? ਇਹ ਲੋਕ ਵਿਚਾਰੇ ਦੂਰ ਨਹੀਂ ਜਾ ਸਕਦੇ ਹਨ, ਕੋਈ ਈਰਾ ਨਗਰ ਨਹੀਂ ਜਾ ਸਕਦੇ ਵਿਭਾਗ ਦੇ ਚੱਕਰ ਲਾਉਣ। ਇੱਥੋਂ ਫੋਨ ਵੀ ਕਰ ਸਕਦੇ ਨੇ ਜਾਂ ਇੱਕ ਦੋ ਬੰਦਾ ਜਾਗ ਵੀ, ਇਹ ਪੂਰਾ ਮਹੱਲਾ ਵਾਰਡ ਨੰਬਰ 7 ਜਿਹੜਾ ਹੈ ਇੱਥੇ ਪਾਣੀ ਨਹੀਂ ਆਵਾਂਗਾ। ਤਾਂ ਇਸ ਗੱਲ ਨੂੰ ਅਗਰ ਪ੍ਰਸ਼ਾਸਨ ਸੁਣਾਦਾ ਹੈ ਤਾਂ ਇੱਥੇ ਆਵੇ ਅਤੇ ਇਹਦੀ ਸਮੱਸਿਆ ਕੀ ਜਿਹੜਾ ਹੈ ਉਹ ਹੱਲ ਕਰੇ। ਕਠੂਆ ਸਟਾਰ ਤੋਂ ਮਨੀਸ਼ ਖਿਊਰੀਆ, ਧੰਨਵਾਦ।